ਹਾਂਜੀ ਦੋਸਤੋ, ਦਾ ਫੈਕਟ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਮੈਂ ਹਾਂ ਏਕਤਾ ਅਰੋੜਾ। ਅੱਜ ਅਸੀਂ ਅਜਿਹੇ ਬੁਰਾਈਆਂ ਜੋ ਕਿ ਦੇਸ਼ ਵਿੱਚ ਚੱਲ ਰਹੀਆਂ ਨੇ, ਪੰਜਾਬ ਵਿੱਚ ਬੁਰਾਈਆਂ ਜੋ ਚੱਲ ਰਹੀਆਂ, ਜਿੱਦਾਂ ਕਿ ਨਸ਼ਾ ਜੋ ਕਿ ਹੜ੍ਹ ਦਾ ਦਰਿਆ ਬੋਲਿਆ ਜਾਂਦਾ ਹੈ, ਪੰਜਾਬ ਵਿੱਚ ਵੀ ਵਗ ਰਿਹਾ ਹੈ। ਇਹੋ ਜਿਹੇ ਲੋਕਾਂ ਨਾਲ ਮਿਲਦੇ ਹਾਂ ਜੋ ਕਿ ਇਸ ਦੀ ਰੋਕਥਾਮ ਵਿੱਚ ਆਪਣਾ ਸਹਿਯੋਗ ਦਿਖਾਉਂਦੇ ਨੇ। ਡੇਰਾ ਸੱਚਾ ਸੌਦਾ ਸੰਸਥਾ ਦਾ ਨਾਮ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਬਾਬਾ ਰਾਮ ਰਹੀਮ ਸਿੰਘ ਜੀ ਉੱਥੋਂ ਦੇ ਜੋ ਕਿ ਮੁੱਖ ਨੇ, ਉਹਨਾਂ ਲੋਕਾਂ ਨੂੰ ਮਿਲਦੇ ਹਾਂ ਜੋ ਕਿ ਉੱਥੇ ਅੱਜ ਵੀ ਜਾ ਰਹੇ ਨੇ। ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰ ਡੇਰਾ ਨੇ ਕਿੱਦਾਂ ਇਸ ਮੁਹਿੰਮ ਨੂੰ ਚਲਾਇਆ ਹੋਇਆ ਹੈ, ਨਸ਼ਾ ਰੋਕਥਾਮ ਦੀ ਮੁਹਿੰਮ ਨੂੰ। ਸਰ, ਤੁਹਾਡਾ ਨਾਮ ਕੀ ਹੈ? ਦਰਸ਼ਨ ਸਿੰਘ ਜੀ। ਮੈਨੂੰ ਜੀ ਉੱਥੋਂ ਬਹੁਤ ਜ਼ਿਆਦਾ ਜ਼ਿੰਦਗੀ ਜਿਉਣ ਦਾ ਇੱਕ ਮਕਸਦ ਮਿਲਿਆ ਹੈਗਾ। ਦੇਖੋ, 1994 ਤੋਂ ਲੈ ਕੇ ਅਸੀਂ ਡੇਰਾ ਸੱਚਾ ਸੌਦਾ ਦੇ ਨਾਲ ਜੁੜੇ ਹੋਏ ਹਾਂ। ਡੇਰਾ ਸੱਚਾ ਸੌਦਾ ਇੱਕ ਐਸੀ ਸੰਸਥਾ ਹੈਗੀ ਜੋ ਕੋਈ ਤਾਂ ਵੀ ਨਹੀਂ ਹੈ, ਅਤੇ ਸਾਨੂੰ, ਅਸੀਂ ਇੱਕ ਇਹੋ ਜਿਹੇ ਇਨਸਾਨ ਸੀਗੇ ਜਿਹੜੇ ਵੀ ਦੁਨੀਆ ਦਾ, ਯਾਨੀ ਕਿ ਚੰਗਿਆਈਆਂ ਨੂੰ ਅਸੀਂ ਜਾਣਦੇ ਹੀ ਨਹੀਂ ਸੀਗੇ। ਇੱਕ ਡੇਰਾ ਸੱਚਾ ਸੌਦਾ ਦੇ ਨਾਲ ਜੁੜਨ ਦੇ ਕਾਰਨ ਸੰਤ ਗੁਰਮੀਤ ਰਾਮ ਰਹੀਮ ਜੀ ਨੇ ਸਾਨੂੰ ਇੰਨਾ ਪ੍ਰੇਰਿਤ ਕੀਤਾ ਅਤੇ ਬਸ ਕੁਛ ਅਸੀਂ ਦੱਸ ਹੀ ਨਹੀਂ ਸਕਦੇ। ਅਤੇ ਅਸੀਂ ਸ਼ਰਾਬਾਂ ਕਬਾਬਾਂ ਸਭ ਕੁਛ, ਤੁਸੀਂ ਵੀ ਖੁਦ ਪੀਂਦੇ ਸੀ ਸ਼ਰਾਬ? ਖੁਦ ਜੀ ਨਹਾਉਂਦੇ ਸੀਗੇ ਜੀ ਸ਼ਰਾਬ ਨਾਲ। ਇੱਕ ਨਹਾਉਂਦੇ ਸੀ, ਇੱਕ ਤਾਂ ਪੀਣੀ ਹੁੰਦੀ ਹੈ ਜੀ, ਅਸੀਂ ਨਹਾਉਂਦੇ ਸੀ ਦਿਨ ਰਾਤ। ਅਤੇ ਇੱਕ ਐਸਾ ਸਾਨੂੰ ਪ੍ਰੇਰਿਤ ਕੀਤਾ ਉਹਨਾਂ ਨੇ, ਅਸੀਂ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਸਿੱਖਿਆ ਤਾ ਜੀ। ਅਸੀਂ ਤਾਂ ਉਹਨਾਂ ਦਾ ਲੱਖ ਵਾਰ ਧੰਨਵਾਦ ਕਰਦੇ ਜੀ, ਜਿਹਨੇ ਸਾਡੇ ਘਰ ਉੱਜੜਦੇ ਸਾਡੇ ਘਰ ਬਚਾਤੇ ਜੀ। ਅਸੀਂ ਉਹ ਸੰਸਥਾ ਨਾਲ ਕਿਵੇਂ ਨਹੀਂ ਜੁੜੇ ਰਹਾਂਗੇ, ਉਹ ਗੁਰੂ ਜੀ ਨਾਲ ਅਸੀਂ ਕਿਵੇਂ ਨਹੀਂ ਜੁੜੇ ਰਹਾਂਗੇ ਜੀ। ਦੋਸਤੋ, ਤੁਸੀਂ ਸੁਣਿਆ ਲਾਈਵ ਇਗਜ਼ਾਮਪਲ ਅਸੀਂ ਤੁਹਾਨੂੰ ਦਿਖਾਈ ਕਿ ਕਿੱਦਾਂ ਬਾਬਾ ਰਾਮ ਰਹੀਮ ਸਿੰਘ ਜੀ ਨੇ ਨਸ਼ਾ ਤੋਂ ਮੁਕਤ ਕੀਤਾ ਡੇਰਾ ਦੇ ਲੋਕਾਂ ਨੂੰ। ਡੇਰਾ ਦੇ ਲੋਕ ਅੱਜ ਵੀ ਡੇਰਾ ਨਾਲ ਜੁੜੇ ਹੋਏ ਨੇ ਕਿਉਂਕਿ ਬੁਰਾਈਆਂ ਤੋਂ ਬਾਬਾ ਰਾਮ ਰਹੀਮ ਸਿੰਘ ਜੀ ਨੇ ਉਹਨਾਂ ਨੂੰ ਦੂਰ ਕੀਤਾ ਅਤੇ ਸੱਚਾਈ ਜੋ ਸੱਚ ਦਾ ਪਾਠ ਹੈ ਉਹਨਾਂ ਨੇ ਉਹਨਾਂ ਨੂੰ ਉਸ ਬਾਰੇ ਜਾਗਰੂਕ ਕੀਤਾ। ਤੁਹਾਡੇ ਘਰ ਦੀਆਂ ਔਰਤਾਂ ਉੱਥੇ ਜਾਂਦੀਆਂ? ਬਿਲਕੁਲ ਜੀ, ਸਾਡਾ ਸਾਰਾ ਪਰਿਵਾਰ ਜਾਂਦਾ, ਸਾਡੀਆਂ ਮਾਤਾ ਵੀ ਜਾਂਦੀਆਂ ਨੇ ਸਾਡੇ ਘਰ। ਉਹਨਾਂ ਨਾਲ ਕਦੇ ਕੁਛ ਗਲਤ ਹੋਇਆ ਜਾਂ ਉਹਨਾਂ ਨੇ ਦੇਖਿਆ ਹੋਵੇ? ਪਰਸੈਂਟ ਵੀ ਕਿਤੇ ਕੋਈ ਗਲਤ ਹੋਣ ਵਾਲੀ ਤਾਂ ਗੱਲ ਕੀ ਹੈ ਜੀ, ਉੱਥੇ ਇੱਕ ਲੜਕੀਆਂ ਇੰਨੀਆਂ ਸੇਫ ਨੇ ਕਿਤੇ ਕੋਈ ਲੜਕੀ ਸੇਫ ਨਹੀਂ। ਮੀਡੀਆ ਨੇ ਦਿਖਾਇਆ ਸੀ, ਤੁਸੀਂ ਮੀਡੀਆ ਨੂੰ ਕੀ ਜਵਾਬ ਦੇਣਾ ਚਾਹੋਗੇ? ਜੀ ਦੇਖੋ, ਮੀਡੀਆ ਦਾ ਕੁਛ ਵੀ ਕਰ ਸਕਦਾ, ਮੀਡੀਆ ਕਿਸੇ ਵੀ ਹੱਦ ਤੱਕ ਜਾ ਸਕਦਾ। ਮੀਡੀਆ ਇੱਕ ਬਕਿਆਊ ਮੀਡੀਆ ਹੈਗਾ, ਇਹ ਮੀਡੀਆ ਬਕਿਆਊ ਮੀਡੀਆ ਤਾਂ ਕੁਛ ਵੀ ਕਹਿ ਸਕਦਾ ਕਿਉਂਕਿ ਇਹਦੇ ਨਾਲ ਜੁੜੇ ਹੋਏ ਨੇ, ਇਹ ਨਸ਼ਾ ਮਾਫੀਆ ਇਹਦੇ ਨਾਲ ਜੁੜੇ ਹੋਏ ਨੇ, ਇਹਦੇ ਨਾਲ ਹੋਰ ਵੀ ਬਹੁਤ ਗੰਦੀਆਂ ਬੁਰਾਈਆਂ ਕਰਨ ਵਾਲੇ ਇਹਨਾਂ ਦੇ ਨਾਲ ਜੁੜੇ ਹੋਏ ਨੇ। ਅਤੇ ਇਹ ਇੱਕ ਸੱਚਾ ਸੌਦਾ ਨੂੰ ਇੱਕ ਇਹਨਾਂ ਬਨਾਮ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਨਸ਼ਾ ਮਾਫੀਆ ਨੇ ਜੀ, ਹੋਰ ਕੌਣ ਨੇ? ਗੁੰਡਾ ਅਨਸਰ ਨੇ, ਜਿੰਨੇ ਗੁੰਡਾ ਅਨਸਰ ਚਾਹੁੰਦੇ ਨਹੀਂ ਗੇ ਵੀ ਕੋਈ ਸਮਾਜ 'ਚੋਂ ਅਛਾਈ ਆਵੇ, ਅੱਛੇ ਕੰਮ ਵਾਲੇ ਲੋਕ ਆਉਣ, ਇਹ ਕਹਿੰਦੇ ਵੀ ਸਾਡਾ ਨਸ਼ਾ ਵਿਕਣਾ ਬੰਦ ਹੋਜੂਗਾ, ਸਾਡਾ ਨਸ਼ਾ ਜਿੰਨਾ ਕੋਈ ਲੋਕ 6-7 ਕਰੋੜ ਲੋਕ ਯਾਨੀ ਕਿ ਨਸ਼ਾ ਛੱਡ ਕੇ ਯਾਨੀ ਕਿ ਚੰਗੇ ਕੰਮਾਂ ਵੱਲ ਹੋ ਗਏ, ਇਹਨਾਂ ਨੂੰ ਉਹਦੇ ਨਾਲ ਭੁਚਾਲ ਆਇਆ ਪਿਆ ਜੀ। ਅਤੇ ਇਹ ਬਹੁਤ ਬਹੁਤ ਜ਼ਿਆਦਾ ਉਹਦੇ ਦੇ ਇਹ ਗਲਤ ਪ੍ਰਚਾਰ ਕਰ ਰਹੇ ਨੇ, ਬਹੁਤ ਹੀ ਜ਼ਿਆਦਾ ਗਲਤ ਪ੍ਰਚਾਰ ਕਰ ਰਹੇ ਨੇ। ਅੱਜ ਸਮਾਜ ਵਿੱਚ ਬਾਬਾ ਰਾਮ ਰਹੀਮ ਸਿੰਘ ਜੀ ਜਿੱਦਾਂ ਨਹੀਂ ਨੇ, ਉਹਨਾਂ ਦੀ ਗੈਰ ਮੌਜੂਦਗੀ ਵਿੱਚ ਸਮਾਜ ਵਿੱਚ ਬੁਰਾਈਆਂ ਵੱਧਦੀਆਂ, ਤੁਹਾਨੂੰ ਇਹ ਲੱਗਦਾ ਕਿ? ਬਹੁਤ ਜ਼ਿਆਦਾ ਜੀ ਵੱਧ ਰਹੀਆਂ ਨੇ, ਬਹੁਤ ਜ਼ਿਆਦਾ ਵੱਧ ਰਹੀਆਂ ਨੇ ਜੀ। ਸਾਨੂੰ ਤਾਂ ਰੋਜ਼ ਐਡੀ ਚਿੰਤਾ ਹੁੰਦੀ ਹੈ ਜੀ ਵੀ ਜਿੰਨਾ ਚਿਰ ਬਾਬਾ ਰਾਮ ਰਹੀਮ ਜੀ ਸੀਗੇ, ਬਹੁਤ ਜ਼ਿਆਦਾ ਜੀ ਉਹ ਸੀਗਾ ਸਮਾਜ 'ਚੋਂ ਯਾਨੀ ਕਿ ਬੁਰਾਈਆਂ ਚੱਕੀਆਂ ਜਾ ਰਹੀਆਂ ਸੀ, ਅਤੇ ਹੁਣ ਜੀ ਬਦਲਣਗੀਆਂ, ਇਹ ਤਾਂ ਪਤਾ ਹੀ ਹੈ, ਬਦਲਣਗੀਆਂ। ਇਸ ਬਾਰੇ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਸਰਕਾਰ ਤਾਂ ਜੀ ਜੇ ਸਾਡੀ ਅਪੀਲ ਸੁਣਨਾ ਚਾਹੇ, ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਇੱਕ ਰਾਮ ਰਹੀਮ ਜੀ ਸੀਗੇ ਜਿਹੜੇ ਹਾਂਕਿ ਵੀ ਬੁਰਾਈਆਂ ਨੂੰ ਖਤਮ ਕਰਨਾ ਚਾਹੁੰਦੇ ਸੀਗੇ, ਨਸ਼ਾ ਮੁਕਤ ਸਮਾਜ ਹੋਣਾ ਵੀ ਉਹਨਾਂ ਦੀ ਉਹ ਸੋਚ ਸੀ,
ਅਤੇ ਹੁਣ ਤਾਂ ਜੀ ਅਸੀਂ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ ਵੀ ਜਲਦ ਤੋਂ ਜਲਦ ਉਹਨਾਂ ਦੇ ਕੇਸ ਦਾ ਨਿਪਟਾਰਾ ਕਰਨ, ਯਾਨੀ ਕਿ ਸੱਚਾਂ ਨੂੰ ਨਿਪਟਾਰਾ ਕਰਨ। ਤੁਹਾਡਾ ਵਿਸ਼ਵਾਸ ਡੇਰਾ 'ਤੇ ਬਣਿਆ ਰਹੇਗਾ ਇੱਦਾਂ ਹੀ? ਜੀ ਮਰ ਜਾਂਗੇ ਇਹੀ ਵਿਸ਼ਵਾਸ ਰਹੂਗਾ, ਬਿਲਕੁਲ।